ਘਰਾਂ ਦੀਆਂ ਉੱਚੀਆਂ ਦੀਵਾਰਾਂ ਵੀ ਹੁਣ ਚੋਰਾਂ ਦੇ ਰਸਤੇ ਦੇ ਵਿੱਚ ਰੁਕਾਵਟ ਖੜੀਆਂ ਨਹੀਂ ਕਰ ਸਕਦੀਆਂ, ਕਿਉਂਕਿ ਹੁਣ ਚੋਰ ਪੌੜੀਆਂ ਵੀ ਆਪਣੇ ਘਰੋਂ ਹੀ ਲੈ ਕੇ ਆਉਂਦੇ ਹਨ। ਅਜਿਹਾ ਇੱਕ ਮਾਮਲਾ ਬਟਾਲਾ ਦੇ ਪਹਾੜੀ ਗੇਟ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇੱਕ NRI ਦੇ ਘਰ ਬੀਤੀ ਦੇਰ ਰਾਤ ਚੋਰ ਚੋਰੀ ਕਰਨ ਦੇ ਲਈ ਆਏ ਅਤੇ ਆਪਣੇ ਨਾਲ ਪੌੜੀ ਵੀ ਲੈ ਕੇ ਆਏ। ਜਦੋਂ ਆਵਾਜ਼ ਸੁਣ ਕੇ ਆਸ ਪੜੋਸ ਦੇ ਲੋਕਾਂ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿਸਟਲ ਦਿਖਾ ਕੇ ਭੱਜਣ ਦੇ ਵਿੱਚ ਸਫਲ ਹੋ ਗਏ। ਇਹ ਸਾਰੀ ਘਟਨਾ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ। ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਮੈਂ ਵਿਜੇ ਪ੍ਰਭਾਕਰ। ਇਹ ਭਾਅ ਜੀ, ਇੱਥੇ ਬਹੁਤ ਮਾੜਾ ਹਾਲ ਜੇ, 3-4 ਚਾਂਸ ਹੋ ਗਏ ਆ। ਇੱਕ ਕਾਰ ਚੁੱਕੀ ਗਈ ਹੈ ਕੱਲ੍ਹ ਪਰਸੋਂ ਜੇ, ਉਹ ਵੀ ਪਤਾ ਨਹੀਂ ਲੱਗਾ, 11 ਵਜੇ ਲਾ ਗਏ ਨੇ ਅਤੇ 2-2:30 ਵਜੇ ਆਪਣਾ ਵਿਚਾਰੇ ਦੇਖਿਆ ਉਹ ਕਾਰ ਹੀ ਆਉਣੀ ਇੱਥੇ। ਇਸ ਤੋਂ ਬਾਅਦ ਇੱਕ 2-3 ਚਾਂਸ ਹੋਰ ਹੋਏ, ਇੱਕ ਰੋਗਾਣਾ ਲੈ ਗਏ ਜੇ, ਇੱਕ ਚਾਂਸ ਪਹਿਲੇ ਅਮਰੀਕਾ ਹੋਇਆ ਅਮਰੀਕ ਸਿੰਘ ਖਾਸ ਵਾਲੇ ਨੇ, ਇੱਕ ਚਾਂਸ ਉਹਨਾਂ ਦੇ ਹੋਏ, ਉਹਨਾਂ ਗਹਿਣਾ ਪੈਸਾ ਪੁਆ ਕਾਫੀ ਲੈ ਗਏ ਨੇ। ਉਸ ਤੋਂ ਬਾਅਦ ਕੀ ਨਾਮ ਨਾਲ ਟੋਪੀ, ਤੇਜਵੀਰ ਸਿੰਘ ਮੁੰਡਾ ਵਕੀਲ ਨਾਲ ਲੱਗਾ ਦਾ, ਇੱਕ ਚਾਂਸ ਉਹਨਾਂ ਘਰ ਹੋਇਆ, ਉਹਨਾਂ ਦੇ ਵੀ ਕਾਫੀ ਵਿਚਾਰੇ ਨੁਕਸਾਨ ਹੋਇਆ। ਰੋਜ਼ ਹੀ ਕੋਈ ਨਾ ਕੋਈ ਵਾਰਦਾਤ ਹੋਣ ਡਈ ਜੀ, ਅਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਬੈਠਾ, ਕੋਈ ਇਹਦਾ ਧਿਆਨ ਨਹੀਂ ਜੇ, ਪਤਾ ਨਹੀਂ ਕੀ ਸਾਡਾ ਬੰਨਿਆ ਕੀ ਨਹੀਂ। ਇਹਦੇ ਹੱਥੋਂ ਚੀਜ਼ਾਂ ਖੋ ਖੋ ਕੇ ਲਈ ਜਾਣ ਡੇ, ਪਰ ਕੋਈ ਕੋਸ਼ਿਸ਼ ਨਹੀਂ ਜੇ ਕੁਛ ਨਹੀਂ। ਕੱਲ੍ਹ ਆਪਣਾ ਰਾਤ ਨੂੰ ਕੋਈ 3 ਵਜੇ ਨਾਲ ਨਾ ਆਪਣਾ ਇੱਥੇ ਪੌੜੀ ਲਾ ਗਏ, ਇਸ ਘਰ 'ਚ ਆ ਗਏ ਨੇ, ਅਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਨੇ ਦੇਖਿਆ ਅਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਅਤੇ ਬਚਾਅ ਹੋ ਗਏ ਨੇ, ਅਤੇ ਇੱਥੇ ਵੀ ਪਤਾ ਨਹੀਂ ਮੈਂ ਕੀ ਕਰ ਦੇਣਾ ਸੀਗਾ। ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਹੋਇਆ ਜੀ ਕੋਈ ਵਾਕਿਆ, ਕੋਈ 3 ਐਵੇਂ ਜੀ, ਮੈਂ ਤਾਂ ਆਪਣੇ ਘਰ ਸੁੱਤਾ ਹਾਂ ਅਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ, ਕੋਈ ਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਸਵਾਰੀਆਂ ਵਾਲੀ, ਉਹ ਚਲਾਉਂਦਾ, ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋਈ 3:15 ਵਜੇ ਕਿ ਰੰਧਾਵਾ ਜੀ ਬਾਹਰ ਆਓ, ਵੀ ਬਾਹਰ ਇੱਥੇ ਚੋਰ ਇਹਨਾਂ ਦੇ ਘਰ ਵੜੇ ਆ। ਪਰ ਜਿੰਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਵਾਂ, ਉਨਾ ਚਿਰ ਨੂੰ ਨਿਕਲ ਗਏ ਚੋਰ, ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਉਹ। ਬਸ ਹਾਦਸਾ ਕਹਿੰਦੇ ਪਹਿਲਾਂ ਤਾਂ ਉਹ ਇੱਧਰ ਲੱਗੇ ਸੀ ਆਇਆ ਗੇਟ ਨੂੰ, ਤਾਲਾ ਤੁਲਾ ਤੋੜਿਆ ਇਹਦਾ, ਅਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਸੀ ਜੀ, ਦੂਸਰਾ ਜਿਹੜਾ ਅੰਦਰ ਵਾਰ ਲੋਕ ਹੁੰਦਾ ਉਹ ਉਹਨਾਂ ਕੋਲ ਟੁੱਟਾ ਨਹੀਂ, ਉਹ ਫਿਰ ਪੌੜੀ ਦੇ ਰਾਹੀਂ ਉੱਤੋਂ ਦੀ ਚੜ੍ਹੇ ਜੀ। ਰੌਲਾ ਜੀ ਇੱਥੇ ਸਾਡੇ ਆਪਣੇ ਮੁਹੱਲੇ ਦਾ ਹੀ ਆ, ਗੁਰਿੰਦਰਜੀਤ ਸਿੰਘ ਅਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ, ਵਿਜੇ ਕੁਮਾਰ, ਅਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ। ਇਹ 3-4 ਜਣੇ ਸੀ ਜਦੋਂ ਇਹ ਮੜ ਜੀ ਹਨੇਰੀ ਆ ਵਗੀ ਆ, ਇਹ ਆਪਣੇ ਛੱਤ 'ਤੇ ਸੁੱਤੇ ਸੀ, ਕਿਤੇ ਉੱਠ ਕੇ ਅਤੇ ਬਾਹਰ ਅੰਦਰ ਫਿਰਦੇ ਸੀ, ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ, ਹਥਿਆਰ ਆ ਗਏ ਜੀ ਉਹਨਾਂ ਕੋਲ, ਪਿਸਟਲ ਸੀ ਦੋਵੇਂ ਜੀ ਉਹਨਾਂ ਕੋਲ, ਨਹੀਂ ਕੋਈ ਗੋਲੀ ਚੱਲੀ ਨਹੀਂ। ਕੋਈ ਵੇਖੋ ਜੀ, ਬਥੇਰਾ ਸਮਾਨ ਉਹਨਾਂ ਦਾ ਕੀਮਤੀ ਕੋਈ 8-10 ਲੱਖ ਦੀ ਹੋ ਹੀ ਜਾਣੀ ਸੀ ਜੀ, ਕੋਈ ਇਹ ਤਾਂ ਮਾਮੂਲੀ ਜੀ ਗੱਲ ਆ ਜੀ, ਸਮਾਨ ਉਹਦਾ ਆਪ ਉਹ ਅਮੈਰੀਕਾ ਰਹਿੰਦੇ ਆ, ਨਾਂ ਉਹਦਾ ਹੈਗਾ ਜੀ ਭੁਪਿੰਦਰ ਸਿੰਘ ਲੰਬੜਦਾਰ, ਵਧੀਆ ਇਨਸਾਨ ਨੇ ਉਹ, ਅਤੇ ਬਾਹਰ ਰਹਿੰਦੇ ਨੇ ਆ, ਅਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਉਹ, ਵੀ ਆਹ ਗੱਲ ਆ, ਪਰ ਚੋਰ ਵੇਂਦੇ ਆ ਜੀ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.